ਡਾਕਟਰ ਪ੍ਰਦੀਪ ਕੋੜਾ ਦੀ ਬਿੰਨੀ ਕਹਾਣੀ ਸੋਗ ਕੜੀ ਵਰਗੇ ਜਵਾਨ ਦੀ ਮੌਤ ਹੋ ਗਈ ਸੀ ਪਹਿਲੇ ਦਿਨ ਸੱਥਰ ਤੇ ਰੋਣ ਧੋਣ ਸਾਰਾ ਦਿਨ ਚੱਲਦਾ ਰਿਹਾ ਦੂਜੇ ਦਿਨ ਗਲੀ ਮਹੱਲੇ ਦੀਆਂ ਔਰਤਾਂ ਆਈਆਂ ਤੇ ਅਫਸੋਸ ਪ੍ਰਗਟ ਕਰਕੇ ਵਾਪਸ ਚਲੀਆਂ ਗਈਆਂ ਤੇ ਫਿਰ ਤੀਜੇ ਦਿਨ ਉਸੇ ਸੱਥਰ ਤੇ ਫਲਾਣਿਆਂ ਦਾ ਮੁੰਡਾ ਫਲਾਣਿਆਂ ਦੀ ਕੁੜੀ ਚੁਗਲੀਆਂ ਦਾ ਬਾਜ਼ਾਰ ਗਰਮ ਸੀ ਧੰਨਵਾਦ